बड़ा दुख लगता है सौ दिया गल्ला दा।
Thank you.
ਸਾਨੂੰ ਇੰਨਾ ਕੁ ਵਧੀਆ ਲੱਗਾ ਨਾ ਅਸੀਂ ਸਿਰਫ 5-6 ਦਿਨ ਦੇ ਵਿੱਚ ਵੀਰੇ ਹੋਰਾਂ ਨੂੰ ਦੱਸਿਆ ਕਿ ਅਸੀਂ ਐਵੇਂ ਕਰਨਾ ਹੈ ਕੋਈ ਵੀ ਪ੍ਰੋਗਰਾਮ ਉਹਨਾਂ ਨੇ ਇੰਨੀ ਸੋਹਣੀ ਤਿਆਰੀ ਕੀਤੀ ਹੋਈ ਸੀ ਨਾ ਸਾਡੇ ਆਉਂਦਿਆਂ ਨੂੰ ਔਰ ਹੁਣ ਮੇਰਾ ਖਿਆਲ ਕਿ ਸਾਡੇ ਪਿੰਡ 'ਚ 27 ਸਾਲਾਂ ਬਾਅਦ ਤੀਆਂ ਲੱਗੀਆਂ ਨੇ ਹੁਣ ਪਹਿਲਾਂ ਬੰਦ ਹੋ ਚੁੱਕਾ ਸੀ ਕਲਚਰ ਸਾਨੂੰ ਪਹਿਲਾਂ ਅਸੀਂ ਆ ਜਾਂਦੀਆਂ ਸੀ ਬੱਚੇ ਛੋਟੇ ਸੀਗੇ ਅਤੇ ਹੁਣ ਬੱਚਿਆਂ ਦੇ ਸਕੂਲ ਵੀ ਵੱਖੋ ਵੱਖਰੇ ਨੇ ਹੁਣ ਐਵੇਂ ਆ ਕਿ ਜੇ ਕਿਸੇ ਨੂੰ ਛੁੱਟੀਆਂ ਹੁੰਦੀਆਂ ਨੇ ਕਿਸੇ ਬੱਚੇ ਸਕੂਲ ਲੱਗੇ ਹੁੰਦੇ ਅਸੀਂ 5-6 ਸਾਲਾਂ ਤੋਂ ਕੋਈ ਕੁੜੀ ਨਹੀਂ ਮਿਲੀ ਸੀਗੀ ਪਤਾ ਨਹੀਂ ਕਿੰਨਾ ਟਾਈਮ ਹੋ ਗਿਆ ਹੁਣ ਅਸੀਂ ਸਲਾਹ ਬਣਾਈ ਸੀ ਕਿ ਅਸੀਂ ਤੀਆਂ ਦਾ ਇੱਥੇ ਲਾਈਏ ਪ੍ਰੋਗਰਾਮ ਅਤੇ ਫਿਰ ਸਾਰੀਆਂ ਕੁੜੀਆਂ ਮਿਲ ਲਾਂਗੇ ਅਤੇ ਹੁਣ ਐਵੇਂ ਮੈਨੂੰ ਲੱਗਦਾ ਕੋਈ ਕੁੜੀ ਨਹੀਂ ਰਹੀ ਹੋਣੀ ਸਾਰੀਆਂ ਕੁੜੀਆਂ ਆਈਆਂ ਨੇ ਅਤੇ ਅੱਗੋਂ ਪਿੰਡ ਵਾਲਿਆਂ ਨੇ ਵੀ ਸਾਡਾ ਆਪਣਾ ਹੀ ਪਿੰਡ ਆ ਸਾਰੇ ਵੀਰਿਆਂ ਨੇ ਭਾਬੀਆਂ ਨੇ ਇੰਨਾ ਕੁ ਸਾਥ ਦਿੱਤਾ ਨਾ ਸਾਨੂੰ ਅੱਜ ਇੱਥੇ ਆ ਕੇ ਮਾਣ ਮਹਿਸੂਸ ਹੋ ਰਿਹਾ ਹੈ ਅਸੀਂ ਹੁਣ ਇਹ ਇਹਨਾਂ ਨਾਲ ਸਲਾਹ ਕੀਤੀ ਕਿ ਹਰ ਸਾਲ ਆਪਾਂ ਇਸ ਤੋਂ ਵਧਾ ਕੇ ਪ੍ਰੋਗਰਾਮ ਕਰੀਏ ਵੀ ਕੋਈ ਨਾ ਕੋਈ ਨਵੀਂ ਆਈਟਮ ਵਿੱਚ ਹਰ ਸਾਲ ਐਡ ਕਰਦੇ ਜਾਈਏ ਹਾਂਜੀ ਵੀਰ ਜੀ ਮੈਨੂੰ ਬਹੁਤ ਵਧੀਆ ਲੱਗਾ ਕਿਉਂਕਿ ਇਹ ਮੇਰੀਆਂ ਨਨਾਨਾਂ ਨੇ ਇਹ ਮੇਰੀਆਂ ਭੈਣਾਂ ਨੇ ਵੀ ਮੈਨੂੰ ਇਹਨਾਂ ਨਾਲ ਰਲ ਕੇ ਮਿਲ ਕੇ ਗੱਲਾਂ ਕਰ ਕੀਤੀਆਂ ਅਸੀਂ ਨੱਚੀਆਂ ਅਸੀਂ ਕਿੱਕਲੀ ਪਾਈ ਇਹ ਪੁਰਾਣਾ ਕਲਚਰ ਯਾਦ ਕੀਤਾ ਮੈਨੂੰ ਬਹੁਤ ਵਧੀਆ ਲੱਗਾ ਸਾਡੇ ਪਿੰਡ ਨੇ ਸਹਿਯੋਗ ਦਿੱਤਾ ਮੇਰੀਆਂ ਮਾਵਾਂ ਮੇਰੀਆਂ ਸੱਸਾਂ ਕਿਉਂ ਇਹਨਾਂ ਨੇ ਬਹੁਤ ਸਹਿਯੋਗ ਦਿੱਤਾ ਮੇਰੇ ਜੇਠ ਦੇਰ ਸਾਰੇ ਮੇਰੇ ਰਲ ਕੇ ਅਸੀਂ ਬਹੁਤ ਵਧੀਆ ਕੀਤਾ ਮੈਨੂੰ ਆਪਣੇ ਪਿੰਡ 'ਤੇ ਬਹੁਤ ਮਾਣ ਮਹਿਸੂਸ ਹੈ ਕਿਉਂਕਿ ਬਹੁਤ ਵਧੀਆ ਪੁਰਾਣਾ ਕਲਚਰ ਯਾਦ ਰੱਖਣਾ ਚਾਹੀਦਾ ਆਪਾਂ ਨੂੰ ਕਿਉਂਕਿ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਵੀ ਯਾਦ ਰੱਖਣਾ ਚਾਹੀਦਾ ਲੱਗੀਆਂ ਦੋਰੋ ਦੋਰ ਲੱਗੀਆਂ।
ਇੱਥੇ ਆ ਕੇ ਬਹੁਤ ਵਧੀਆ ਲੱਗਿਆ ਕਿਉਂਕਿ ਘਰ ਦੇ ਘਰੇਲੂ ਰੁਝੇਵਿਆਂ ਦੇ ਵਿੱਚ ਸਾਰੇ ਹੀ ਬਹੁਤ ਜ਼ਿਆਦਾ ਆਪਦੇ ਲਾਈਫ ਦੇ ਵਿੱਚ ਬਿਜ਼ੀ ਹੋਏ ਪਏ ਨੇ ਅਤੇ ਇੱਥੇ ਆ ਕੇ ਬੜਾ ਵਧੀਆ ਕਿਉਂਕਿ ਸਾਡੀਆਂ ਭਰਜਾਈਆਂ ਨੇ ਸਾਡੇ ਭਰਾਵਾਂ ਨੇ ਬਹੁਤ ਸੋਹਣਾ ਅਰੇਂਜ ਕੀਤਾ ਸੀਗਾ ਇੱਕ ਤੀਆਂ ਦਾ ਪ੍ਰੋਗਰਾਮ ਅਤੇ ਸਾਨੂੰ ਉਹਨਾਂ ਨੇ ਸਪੈਸ਼ਲ ਇਨਵਾਈਟ ਕੀਤਾ ਅਤੇ ਸਾਨੂੰ ਬਹੁਤ ਵਧੀਆ ਲੱਗਿਆ ਇੱਥੇ ਆ ਕੇ ਬੜੀ ਖੁਸ਼ੀ ਅਤੇ ਮਾਣ ਮਹਿਸੂਸ ਹੋਇਆ ਇਹ ਸਾਡਾ ਸੱਭਿਆਚਾਰ ਵਿਰਸਾ ਹੈ ਜੋ ਕਿ ਜਿਹੜੀ ਅੱਜ ਕੱਲ੍ਹ ਦੀ ਪੀੜ੍ਹੀ ਹੈ ਇਸ ਨੂੰ ਭੁੱਲਦੀ ਜਾ ਰਹੀ ਹੈ ਅਤੇ ਸਾਨੂੰ ਇਸ ਨੂੰ ਹੋਰ ਅੱਗੇ ਵਧਾਉਣਾ ਚਾਹੀਦਾ ਹੈ ਮੈਂ ਤਾਂ ਚਾਹੁੰਦੀ ਹਾਂ ਕਿ ਅਗਲੇ ਸਾਲ ਇਸ ਤੋਂ ਹੋਰ ਵਧੀਆ ਪ੍ਰੋਗਰਾਮ ਕੀਤਾ ਜਾਵੇ ਕਿ ਅਸੀਂ ਪਹਿਲਾਂ ਹੀ ਇੰਨੀਆਂ ਤਿਆਰੀਆਂ ਕਰ ਲਈਏ ਕਿ ਅਸੀਂ ਬਹੁਤ ਵਧੀਆ ਤਰ੍ਹਾਂ ਇਸ ਨੂੰ ਇੰਜੋਏ ਕਰ ਸਕੀਏ ਬਾਕੀ ਅੱਜ ਆ ਕੇ ਸਾਨੂੰ ਬਹੁਤ ਮਾਣ ਮਹਿਸੂਸ ਹੋਇਆ ਔਰ ਬਹੁਤ ਜ਼ਿਆਦਾ ਵਧੀਆ ਬੜੀ ਖੁਸ਼ੀ ਮਹਿਸੂਸ ਹੋਈ ਇੱਥੇ ਆ ਕੇ ਹਾਂਜੀ ਅਸੀਂ ਬਹੁਤ ਟਾਈਮ ਦੀ ਵੇਟ ਕਰ ਰਹੇ ਸੀਗੇ ਕਿ ਟਾਈਮ ਆਵੇ ਅਸੀਂ ਸਾਰੇ ਇਕੱਠੇ ਹੋ ਕੇ ਇੰਜੋਏ ਕਰੀਏ ਸਾਡੇ ਵੀਰਾਂ ਨੇ ਭਰਜਾਈਆਂ ਨੇ ਸਾਰਿਆਂ ਨੇ ਬਹੁਤ ਸੋਹਣਾ ਅਰੇਂਜਮੈਂਟ ਕੀਤਾ ਅਸੀਂ ਆਪਣੇ ਹਮੇਸ਼ਾ ਘਰਾਂ 'ਚ ਹੀ ਰਹਿੰਦੇ ਹਾਂ ਕਿ ਇੱਕ ਦਿਨ ਰੱਖਿਆ ਸੀਗਾ ਕਿ ਅਸੀਂ ਸਾਰੇ ਇੱਥੇ ਮਿਲ ਕੇ ਇੰਜੋਏ ਕਰ ਸਕੀਏ ਬਹੁਤ ਸੋਹਣਾ ਸੈਲੀਬ੍ਰੇਟ ਕੀਤਾ ਇੰਜੋਏ ਹੋਇਆ ਅਤੇ ਪਰਮਾਤਮਾ ਅੱਗੇ ਇਹੀ ਅਰਦਾਸ ਹੈ ਕਿ ਪਰਮਾਤਮਾ ਇਹਨਾਂ ਨੂੰ ਸਾਡੇ ਭੈਣਾਂ ਨੂੰ ਭਰਜਾਈਆਂ ਨੂੰ ਸਾਰਿਆਂ ਨੂੰ ਵੀਰਾਂ ਨੂੰ ਸਾਰਿਆਂ ਦੇ ਘਰਾਂ ਦੇ ਵਿੱਚ ਸੁੱਖ ਸ਼ਾਂਤੀ ਤੰਦਰੁਸਤੀ ਹਮੇਸ਼ਾ ਬਖਸ਼ੇ ਹਰੇਕ ਸਾਉਣ ਸਾਡਾ ਮਹੀਨਾ ਇਸ ਤਰ੍ਹਾਂ ਹੀ ਹਰੇਕ ਸਾਲ ਦਾ ਸਾਉਣ ਸਾਡਾ ਇਸ ਤਰ੍ਹਾਂ ਹੀ ਖੁਸ਼ੀਆਂ ਭਰਿਆ ਆਵੇ ਅਤੇ ਅਸੀਂ ਇਸ ਨੂੰ ਬਹੁਤ ਸੋਹਣੇ ਤਰੀਕੇ ਨਾਲ ਇਸ ਤਰ੍ਹਾਂ ਹੀ ਸੈਲੀਬ੍ਰੇਟ ਕਰੀਏ ਅਤੇ ਸਾਨੂੰ ਬਹੁਤ ਖੁਸ਼ੀ ਮਾਣ ਮਹਿਸੂਸ ਹੋ ਰਿਹਾ ਕਿ ਸਾਡੇ ਵੀਰਾਂ ਨੇ ਸਾਡੀ ਇੰਨੀ ਮਤਲਬ ਰੱਖਿਆ ਅੱਗੇ ਸਾਨੂੰ ਕਿ ਅਸੀਂ ਇਸ ਚੀਜ਼ ਨੂੰ ਸੈਲੀਬ੍ਰੇਟ ਕਰ ਸਕੀਏ ਅਸੀਂ ਬਹੁਤ ਇੰਜੋਏ ਕੀਤਾ ਬਹੁਤ ਖੁਸ਼ ਹਾਂ ਅਸੀਂ ਛੜਾ ਛੜਾ ਨਾ ਕਰਿਆ ਕਰਨੀ ਵੇਖ ਛੜੇ ਨਾ ਲਾਗੇ ਨੀ ਪਹਿਲਾਂ ਤੇਰੇ ਭਾਂਡੇ ਮਾਂਜੂ ਉਧਰ ਕੜਛੀ ਤੋਂ ਲਾਗਣੀ ਬਹਿ ਜੀ ਪੀੜੇ ਤੇ ਪ੍ਰੋਗਰਾਮ ਬੇਟਾ ਮੈਨੂੰ ਬਹੁਤ ਸੋਹਣਾ ਲੱਗਾ ਮੇਰੀਆਂ ਧੀਆਂ ਮੇਰੀਆਂ ਪੋਤਰੀਆਂ ਨੂੰਹਾਂ ਨੇ ਬਹੁਤ ਸੋਹਣਾ ਕੀਤਾ ਬੜਾ ਮੇਰਾ ਮਨ ਖੁਸ਼ ਹੋਇਆ
क्योंकि मैं चाहनी साल दे साल इस तरह धियां नूहां नचण कुदन असीं वी इन्हां दे सिर ते उड़ गए। बस इन्हां मैनूं बहुत प्यार खुशी वाली गल है।